ਤਾਂ ਇੱਕ ਪਾਸੇ ਅਥਰੂ ਗੈਸ ਛੱਡੀ ਜਾ ਰਹੀ ਹੈ ਤੇ ਇਧਰ ਟਰੈਕਟਰ ਕਿਸਾਨਾਂ ਦੇ ਕਰੀਨਾ ਵਰਗੇ ਟਰੈਕਟਰ ਹਿੰਦੁਸਤਾਨ ਲੈ ਕੇ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ। ਕਿਵੇਂ ਦੇਖਦੇ ਹੋ ਕਿ ਉਧਰ ਅਥਰੂ ਗੈਸ ਛੱਡੀ ਜਾ ਰਹੀ ਹੈ, ਤੁਸੀਂ ਟਰੈਕਟਰ ਲੈ ਕੇ ਪਹੁੰਚ ਗਏ ਹੋ? ਕੋਈ ਨਾ, ਸਾਹ ਸੈੱਟ ਲੈਣ ਤੇ ਜਿੰਨੀ ਛੱਡਦੇ ਆ ਗਏ ਕੋਲੇ। ਫਿਰ ਇਹਨਾਂ ਬੈਰੀਕੇਟਾਂ ਤੋਂ ਅੱਗੇ ਕਿਵੇਂ ਲੰਘੋਗੇ? ਲੰਘਾਂਗੇ ਹੀ, ਭੰਨ ਭੰਨ ਕੇ ਲੰਘਾਂਗੇ, ਲੰਘ ਕੇ ਦਿਖਾਵਾਂਗੇ ਤੁਹਾਨੂੰ ਇਸ ਹਿੰਦੁਸਤਾਨ ਦੇ ਨਾਲ। ਭੰਨੋਗੇ? ਸਾਰੇ ਭੰਨਾਂਗੇ, ਇੱਥੇ ਨਹੀਂ ਭੰਨਾਂਗੇ। ਕਿਵੇਂ ਦੇਖਦੇ ਹੋ ਕਿ ਇੱਕ ਸਰਕਾਰ ਜਿੱਥੇ ਲੋਕਤੰਤਰ ਆ ਪ੍ਰਦਰਸ਼ਨ ਨਹੀਂ ਕੀਤਣ? ਸਰਕਾਰ ਨਾਂ ਦੀ ਕੋਈ ਨਹੀਂ, ਇਹ ਜਬਰ ਕਰਨ ਦੀ ਆ, ਇਹ ਔਰੰਗਜ਼ੇਬ ਆ, ਜਗਰੀਆ ਖਾਨ ਆ, ਧੱਕਾ ਕਰ ਰਹੀ ਬਈ, ਪ੍ਰਸ਼ਾਸਨ ਧੱਕਾ ਕਰ ਰਹੇ, ਮੋਦੀ ਧੱਕਾ ਕਰ ਰਿਹਾ। ਇੱਧਰ ਦੇਖੋ ਡਰੋਨ ਦੇ ਜਰੀਏ, ਜੋ ਅਥਰੂ ਗੈਸ ਦੇ ਗੋਲੇ ਨੇ ਕਿਸਾਨਾਂ ਦੇ ਉੱਤੇ ਦਾਗੇ ਜਾ ਰਹੇ ਨੇ, ਡਰੋਨ ਦੇ ਜਰੀਏ ਕਿਸਾਨਾਂ ਦੇ ਉੱਤੇ ਜੋ ਅਥਰੂ ਗੈਸ ਦੇ ਗੋਲੇ ਨੇ ਉਹ ਦਾਗੇ ਜਾ ਰਹੇ। ਭੱਜਦੜ ਪੈ ਚੁੱਕੀ ਆ ਇਸ ਵਕਤ, ਜੋ ਡਰੋਨ ਆ ਪੰਜਾਬ ਦੀ ਸਰਹੱਦ ਦੇ ਵਿੱਚ ਆ ਚੁੱਕੇ ਆ, ਜੋ ਡਰੋਨ ਆ ਲਗਾਤਾਰ ਤੁਹਾਡੇ ਨਾਲ ਐਕਸਕਲੂਸਿਵ ਤਸਵੀਰਾਂ, ਪਹਿਲਾਂ ਅਥਰੂ ਗੈਸ ਦੇ ਗੋਲੇ ਨੇ ਉਹ ਬੈਨਾਂ ਦੇ ਜ਼ਰੀਏ ਛੱਡੇ ਜਾ ਰਹੇ ਸੀ, ਪਰ ਇਸ ਵਕਤ ਜੋ ਡਰੋਨ ਆ ਪੰਜਾਬ ਦੀ ਸਰਹੱਦ ਦੇ ਵਿੱਚ ਆ ਚੁੱਕੇ ਆ, ਲਗਾਤਾਰ ਤੁਸੀਂ ਤਸਵੀਰਾਂ ਕੈਮਰੇ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰੋ ਕਿ ਹਾਲਾਤ ਧੂੰਆਂਧਾਰ, ਪਹਿਲਾਂ ਹਵਾ ਦਾ ਰੁੱਖ ਹਰਿਆਣੇ ਵੱਲ ਸੀ ਪਰ ਹੁਣ ਪੰਜਾਬ ਵੱਲ ਹੋ ਚੁੱਕਿਆ, ਉਧਰੋਂ ਧੂੰਆਂ ਕਿਸਾਨਾਂ ਦੇ ਅੱਖਾਂ ਦੇ ਵਿੱਚ ਪੈ ਰਿਹਾ ਤੇ ਉਧਰ ਕਿਸਾਨਾਂ ਦੇ ਹੌਸਲੇ ਬਿਲਕੁਲ ਬੁਲੰਦ ਨੇ। ਤਾਂ ਕਿਵੇਂ ਦੇਖਦੇ ਹੋ ਕਿ ਪ੍ਰਦਰਸ਼ਨ ਨਹੀਂ ਕੀਤਾ ਜੇ ਜਿਹੜਾ ਪਾਕਿਸਤਾਨ ਬਣ ਗਿਆ ਜੀ? ਹਾਂ, ਇਹ ਆਪਣਾ ਮੀਟਿੰਗ ਤੋਂ ਫਿਰ ਅੱਗੇ ਕਿਵੇਂ ਲੰਘੋਗੇ? ਪਰ ਸਭ ਕੁਝ ਬਣ ਜਾਏਗਾ ਜੀ, ਥੋੜਾ ਟਾਈਮ ਲੱਗੇਗਾ। ਹਾਂ ਜੀ, ਤਾਂ ਕਿਸਾਨਾਂ ਦਾ ਕਹਿਣਾ ਕਿ ਅਸੀਂ ਬੈਰੀਕੇਟਿੰਗ ਤੋਂ ਅੱਗੇ ਲੰਘ ਜਾਵਾਂਗੇ ਭਾਵੇਂ ਟਾਈਮ ਲੱਗੇਗਾ, ਪਰ ਜੋ ਕਵਰੇਜ ਕਰਨ ਦੇ ਵਿੱਚ ਵੀ ਕਾਫੀ ਮੁਸ਼ਕਿਲ ਆ ਰਹੀ ਹੈ ਕਿਉਂਕਿ ਧੂੰਆਂ ਬਹੁਤ ਜ਼ਿਆਦਾ ਹੋ ਚੁੱਕਿਆ, ਕਿ ਪ੍ਰਸ਼ਾਸਨ ਦਾ ਇਹ ਮੰਨਣਾ ਕਿ ਇਹਨਾਂ ਤਰੀਕਿਆਂ ਦੇ ਨਾਲ ਕਿਸਾਨਾਂ ਨੂੰ ਰੋਕਿਆ ਜਾ ਸਕਦਾ। ਇੱਧਰੋਂ ਕਿਸਾਨਾਂ ਦੇ ਵੱਲੋਂ ਪੱਥਰਬਾਜ਼ੀ ਵੀ ਕੀਤੀ ਜਾ ਰਹੀ ਹੈ, ਉਸ ਡਰੋਨ ਨੂੰ ਰੋਕਣ ਦੇ ਲਈ ਪੱਥਰਬਾਜ਼ੀ ਕੀਤੀ ਜਾ ਰਹੀ ਹੈ ਉਸ ਡਰੋਨ ਤੇ, ਪਰ ਇੱਕ ਵਾਰ ਫਿਰ ਤੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਡਰੋਨ ਉਹ ਵਾਪਸ ਲੈ ਲਿਆ ਗਿਆ। ਤਾਂ ਹੁਣ ਅੱਗੇ ਜਾ ਕੇ ਦੇਖਦੇ ਹਾਂ ਕਿ ਮੌਕੇ ਦੇ ਹਾਲਾਤ ਕੀ ਨੇ। ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ, ਇੱਕ ਦੇ ਪਿੱਛੇ ਇੱਕ ਬਿਨਾਂ ਰੁਕੇ ਅਥਰੂ ਗੈਸ ਆ ਜੋ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਚੁੱਕੇ ਨੇ, ਤਾਂ ਕੁਝ ਕਿਸਾਨ ਜ਼ਖਮੀ ਵੀ ਹੋਏ ਨੇ। ਤਾਂ ਅੱਗੇ ਤੁਹਾਨੂੰ ਇੱਕ ਵਾਰ ਫਿਰ ਤੋਂ ਸ਼ੰਭੂ ਬਾਰਡਰ ਦੇ ਨਜ਼ਦੀਕ ਲੈ ਚੱਲਦੇ ਹਾਂ ਕਿਉਂਕਿ ਅਸੀਂ ਵਾਪਸ ਆ ਗਏ ਸੀ ਉੱਥੇ, ਜੋ ਕਵਰੇਜ ਕਰਨ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਸੀ ਕਿਉਂਕਿ ਉਹਨਾਂ ਨੇ ਡਰੋਨ ਵੀ ਇੱਧਰ ਲੈ ਜਾਂਦਾ ਸੀ ਅਥਰੂ ਗੈਸ ਦੇ ਗੋਲੇ ਸਿੱਟਣ ਦੇ ਲਈ, ਤੇ ਉੱਥੇ ਧੂੰਆਂ ਵੀ ਬਹੁਤ ਜ਼ਿਆਦਾ ਹੋ ਚੁੱਕਾ। ਤਾਂ ਪਰ ਉੱਧਰ ਜੇ ਕਿਸਾਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਉਹਨਾਂ ਦੇ ਹੌਸਲੇ ਬਿਲਕੁਲ ਬੁਲੰਦ ਨੇ। ਗੱਲਬਾਤ ਕਰ ਲੈਂਦੇ ਹਰਿਆਣੇ ਦੇ ਆਗੂ ਨੇ, ਕਿਵੇਂ ਦੇਖ ਰਹੇ ਹੋ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਸਾਨਾਂ ਤੇ ਗੋਲੇ ਦਾਗੇ? ਹਰਿਆਣਾ ਪ੍ਰਸ਼ਾਸਨ ਨਹੀਂ, ਸੈਂਟਰ ਤੋਂ ਹੈ, ਸੈਂਟਰ ਨਾਲ ਇਨਵੋਲਵ ਹੈ, CRPF BSF ਦੀਆਂ ਫੋਰਸਾਂ ਭੇਜੀਆਂ ਹੋਈਆਂ ਨੇ ਤੇ ਸਾਡੀ ਮੰਗਾਂ ਵੀ ਸੈਂਟਰ ਦੇ ਨਾਲ ਨੇ। ਦੇਖੋ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਕੀ ਹਾਲਾਤ ਕੀਤੇ ਜਾ ਰਹੇ ਨੇ, ਚਾਈਨਾ ਦਾ ਬਾਰਡਰ ਬਣਾਤਾ ਇਹਨਾਂ ਨੇ, ਇੱਥੇ ਦਾ ਇਹਨਾਂ ਦਾ ਸਾਰਾ ਕੁਝ ਜ਼ੋਰ ਚੱਲਦਾ, ਚਾਈਨਾ ਇਹਨਾਂ ਦੀ ਜਗ੍ਹਾ ਦੱਬ ਗਿਆ, ਉੱਥੇ ਜ਼ੋਰ ਨਹੀਂ ਚੱਲਦਾ। ਇਹ ਹਾਲਾਤ ਨੇ, ਇਹ ਫਾਸੀਵਾਦੀ ਸਰਕਾਰ ਦੇ, RSS ਦੇ ਹਾਲਾਤ ਨੇ। ਅਥਰੂ ਗੈਸ ਛੱਡੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ, ਤਾਂ ਹਾਲੇ ਤਾਂ ਭੰਨ ਤੱਕ ਕੁਝ ਵੀ ਨਹੀਂ ਕੀਤਾ ਗਿਆ। ਇਸੇ ਚੀਜ਼ ਨੂੰ ਦਿਖਾ ਰਹੇ ਨੇ, ਇਹਨਾਂ ਕੋਲ ਡਰੋਨ ਹੈਗੇ ਨੇ ਗੋਲਾ ਗੇਰ ਨੂੰ, ਪਰ ਕਿਸਾਨਾਂ ਦੀ ਗੱਲ ਬਚਾਉਣ ਨੂੰ ਇਹਨਾਂ ਦੇ ਕੋਲ ਕੁਛ ਨਹੀਂ। ਕਿਵੇਂ ਦੇਖਦੇ ਹੋ ਕਿ ਇੱਕ ਲੋਕਤੰਤਰ ਦੇਸ਼ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਵੀ ਨਹੀਂ ਕੀਤਾ? ਤੁਹਾਨੂੰ ਲੱਗਦਾ ਹੈ ਕਿ ਮਨੀਪੁਰ ਤੋਂ ਬਾਅਦ ਦੇਸ਼ ਦੇ ਵਿੱਚ ਲੋਕਤੰਤਰ ਹੈਗਾ? ਸਾਰੀਆਂ ਵਿਪਕਸ਼ ਦੀਆਂ ਪਾਰਟੀਆਂ ਜਾ ਕੇ ਝੁੱਕ ਗਈਆਂ ਨੇ ਮੋਦੀ ਦੇ ਅੱਗੇ, ਇਹ ਕਿਤੇ ਲੋਕਤੰਤਰ ਨੇ? ਉੱਧਰੋਂ ਅਥਰੂ ਗੈਸ ਆ ਕੇ ਜੋ ਪਾਣੀ ਦੀਆਂ ਵਿਛਾੜਾਂ ਵਾਲੀਆਂ ਗੱਡੀਆਂ ਵੀ ਨੇ ਵਾਟਰ ਕੇ, ਅੱਗੇ ਫਿਰ ਕਿਵੇਂ ਜਮੋਗੇ ਬੈਰੀਕੇਟਿੰਗ? ਇਹ ਸਮਾਂ ਤੈਅ ਕਰੂਗਾ।
ਤਾਂ ਕਿਸਾਨਾਂ ਦਾ ਕਹਿਣਾ ਕਿ ਸਮਾਂ ਤੈਅ ਕਰੂਗਾ, ਉਹਨਾਂ ਦਾ ਕਹਿਣਾ ਕਿ ਲੋਕਤੰਤਰ ਖਤਮ ਹੋ ਚੁੱਕਿਆ ਇੱਕ ਵਾਰ ਫਿਰ ਤਾਂ। ਉੱਧਰ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਜੋ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਕਿ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਸਕੇ ਕਿਸੇ ਕਿਸੇ ਤਰੀਕੇ, ਜਾਂ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਅਥਰੂ ਗੈਸ ਦੇ ਜੋ ਗੋਲੇ ਨੇ ਉਹ ਕਿਸਾਨਾਂ ਦੇ ਉੱਤੇ ਦਾਗੇ ਜਾ ਚੁੱਕੇ ਨੇ। ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਨਜ਼ਦੀਕ ਤੋਂ ਦਿਖਾਇਆ ਜਾਵੇ ਕਿ ਕਿਸ ਤਰੀਕੇ ਜੋ ਪੰਜਾਬ ਤੋਂ ਹਰਿਆਣੇ ਨੂੰ ਹਾਈਵੇ ਜਾਂਦਾ ਉਸ ਦੇ ਉੱਪਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਜੋ ਅਥਰੂ ਗੈਸ ਦੇ ਗੋਲੇ ਨੇ ਉਹ ਦਾਗੇ ਜਾ ਚੁੱਕੇ ਨੇ। ਤੇ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਬਿਨਾਂ ਰੁਕੇ ਕਵਰੇਜ ਕਰ ਰਹੇ ਹਾਂ, ਪਰ ਇਸ ਮਾਹੌਲ ਦੇ ਵਿੱਚ ਕਵਰੇਜ ਕਰਨ ਦੇ ਵਿੱਚ ਕਾਫੀ ਦਿੱਕਤ ਆ ਰਹੀ ਆ। ਤਾਂ ਇੱਕ ਵਾਰ ਫਿਰ ਤੋਂ ਕਿਸਾਨਾਂ ਦਾ ਹੱਲਾ ਬੋਲ ਗਿਆ ਏ, ਜੋ ਕਿਸਾਨ ਨੇ ਅੱਗੇ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਗਏ ਨੇ ਕਿਉਂਕਿ ਹਵਾ ਦਾ ਰੁੱਖ ਬਦਲ ਚੁੱਕਿਆ, ਜੋ ਧੂੰਆਂ ਏ ਉਹ ਹਰਿਆਣੇ ਵੱਲ ਨੂੰ ਆਉਣਾ ਸ਼ੁਰੂ ਹੋ ਚੁੱਕਿਆ, ਉੱਧਰ ਨੂੰ ਜਾ ਰਿਹਾ, ਭਾਵੇਂ ਗੋਲੇ ਸੁੱਟੇ ਜਾ ਰਹੇ ਨੇ। ਕਿਵੇਂ ਦੇਖਦੇ ਹੋ ਜੀ? ਬਈ ਬਹੁਤ ਵਧੀਆ ਸਵਾਗਤ ਹੋ ਰਿਹਾ, ਸਰਕਾਰ ਕਰ ਰਹੀ ਹੈ ਪਟਾਕੇ ਵਜਾ ਵਜਾ ਕੇ ਕਿਸਾਨਾਂ ਦਾ ਸਵਾਗਤ ਕਰ ਰਹੀ ਹੈ। ਅਸੀਂ ਬਹੁਤ ਖੁਸ਼ ਹਾਂ, ਇਹਦਾ ਸਵਾਗਤ ਪਹਿਲੇ ਕਦੇ ਨਹੀਂ ਹੋਇਆ ਹੈਗਾ ਤੇ ਅਸੀਂ ਇਸ ਸਵਾਗਤ ਦਾ ਤੇ ਸਵਾਗਤ ਨਾਲ ਹੀ ਜਵਾਬ ਦੇਵਾਂਗੇ, ਪਹੁੰਚਾਂਗੇ ਤੁਹਾਡੇ ਘਰੇ ਦਿੱਲੀ ਤੇ ਤੁਹਾਡਾ ਹੀ ਮੂੰਹ ਮਿੱਠਾ ਕਰਾਵਾਂਗੇ ਤੇ ਦੁਬਾਰੇ ਫਿਰ ਉੱਥੇ ਬੈਠਾਂਗੇ। ਮਾਹੌਲ ਦੇ ਵਿੱਚ ਅੱਗੇ ਕਿਵੇਂ ਲੰਘੋਗੇ? ਧੂੰਆਂ ਤਾਰ ਹੋ ਚੁੱਕਿਆ, ਕੰਡਿਆਲੀ ਤਾਰ ਬੈਰੀਕੇਟਿੰਗ ਵੀ ਬਹੁਤ ਸਾਰੀਆਂ ਟੁੱਟ ਜਾਣੀਆਂ, ਜਿੱਥੇ ਜੈਕਾਰਾ ਫਤਿਹ ਹੋ ਗਿਆ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ, ਉੱਥੇ ਸਾਰਾ ਕੁਝ ਟੁੱਟ ਜਾਣਾ ਆ। ਬੋਲੇ ਸੋਨਿਹਾਲ, ਤਾਂ ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਂਦੇ ਕਿਸਾਨ ਉਹ ਅੱਗੇ ਜਾ ਰਹੇ ਨੇ, ਖਾਲਸਾ ਹੀ ਜੈਕਾਰੇ ਲਾਉਂਦੇ। ਉਹਨਾਂ ਦਾ ਕਹਿਣਾ ਕਿ ਇਹਨਾਂ ਜੈਕਾਰਿਆਂ ਦੇ ਨਾਲ 2020 ਦੇ ਵਿੱਚ ਵੀ ਅੰਦੋਲਨ ਜਿੱਤ ਕੇ ਆਏ ਸੀ ਅਸੀਂ ਉਸੇ ਤਰੀਕੇ ਦੇ ਨਾਲ। ਦੇਖੋ ਰੁੱਖ ਕਿਸਾਨਾਂ ਦਾ ਇੱਕ ਵਾਰ ਫਿਰ ਤੋਂ ਉਹਨਾਂ ਨੇ ਸ਼ੰਭੂ ਬਾਰਡਰ ਵੱਲ ਨੂੰ ਆਪਣਾ ਰੁੱਖ ਕਰ ਲਿਆ, ਭੱਜ ਚੁੱਕੇ ਨੇ ਜੋ ਨੌਜਵਾਨ ਅੱਗੇ ਨੂੰ ਜਾ ਰਹੇ ਨੇ। ਪ੍ਰਸ਼ਾਸਨ ਦੀਆਂ ਜੋ ਕਹਿ ਦਈਏ ਕਿ ਰੋਕਾਂ ਲਾਈਆਂ ਨੇ ਉਹਨਾਂ ਦਾ ਸਾਹਮਣਾ ਕਰ ਰਹੇ ਨੇ, ਪਰ ਇੱਥੇ ਧੂੰਆਂ ਬਹੁਤ ਜ਼ਿਆਦਾ ਹੈ ਜਿਸ ਕਾਰਨ ਬੋਲਣ 'ਚ ਦਿੱਕਤ ਆ ਰਹੀ ਆ, ਕਵਰੇਜ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ। ਪਰ ਤੁਹਾਡੇ ਨਾਲ ਅਸੀਂ ਜੋ ਸਿੱਧੀਆਂ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਉਹ ਦਿਖਾ ਰਹੇ ਹਾਂ ਕਿ ਬਹੁਤ ਜ਼ਿਆਦਾ ਧੂੰਆਂ ਧਾਰ ਹੋ ਚੁੱਕਿਆ, ਤਾਂ ਇਸ ਵਕਤ ਧੂੰਆਂ ਧਾਰ ਹੋ ਚੁੱਕਿਆ ਸ਼ੰਭੂ ਬਾਰਡਰ ਹੈ ਜੋ ਧੂੰਆਂ ਧਾਰ ਹੋ ਚੁੱਕੇ ਆ ਲਗਾਤਾਰ। ਉਹ ਦੇਖੋ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਉੱਧਰ ਗਾਹਾਂ ਕਿਸਾਨਾਂ ਤੱਕ ਜੋ ਗੋਲੇ ਦਾਗੇ ਜਾ ਰਹੇ ਨੇ। ਲਗਾਤਾਰ ਤੁਹਾਡੇ ਨਾਲ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਪਰ ਗੋਲੇ ਦਾਗੇ ਜਾ ਰਹੇ ਨੇ। ਉੱਧਰ ਦੇਖੋ ਪਟਾਕੇ ਲਗਾਤਾਰ ਉਹਨਾਂ ਕਿਸਾਨਾਂ ਨੂੰ, ਕਿਸਾਨ ਹਾਲੇ ਸ਼ਾਂਤਮਈ ਨੇ, ਕੋਈ ਭੰਨ ਤੋੜ ਕੋਈ ਬੈਰੀਕੇਟਿੰਗ ਪਾਸੇ ਨਹੀਂ ਕੀਤੀ ਗਈ, ਪਰ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਡਰਾਉਣ ਧਮਕਾਉਣ ਦੇ ਲਈ ਲਗਾਤਾਰ ਜੋ ਹੰਝੂ ਗੈਸ ਆ, ਅਥਰੂ ਗੈਸ ਆ, ਉਸਦੇ ਗੋਲੇ ਸੁੱਟੇ ਜਾ ਰਹੇ ਨੇ। ਤਾਂ ਉੱਧਰੋਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਤੇ ਇੱਧਰ ਜੋ ਕਿਸਾਨ ਨੇ ਟੀਅਰ ਗੈਸ ਦੇ ਜੋ ਗੋਲੇ ਨੇ, ਅਥਰੂ ਗੈਸ ਦੇ ਗੋਲੇ ਨੇ, ਉਹਨਾਂ ਨੂੰ ਗਿੱਲੀਆਂ ਬੋਰੀਆਂ ਦੇ ਨਾਲ, ਸੇਬਿਆਂ ਦੀਆਂ ਬਣੀਆਂ ਬੋਰੀਆਂ ਦੇ ਨਾਲ ਉਹਨਾਂ ਨੂੰ ਖਤਮ ਕਰ ਰਹੇ ਨੇ ਕਿ ਧੂੰਆਂ ਨਾ ਫੈਲ ਸਕੇ। ਪਰ ਇੱਥੇ ਤੁਹਾਨੂੰ ਦੱਸ ਦਿੰਦੇ ਕਿ ਕਾਫੀ ਜ਼ਿਆਦਾ ਮੁਸ਼ਕਿਲ ਸਾਹ ਲੈਣ 'ਚ ਆ ਚੱਲ ਰਹੀ ਆ ਉਹਨਾਂ ਟੀਅਰ ਗੈਸ ਦੇ ਗੋਲਿਆਂ ਨੂੰ ਕਿਸਾਨਾਂ ਦੁਆਰਾ ਜੋ ਬੋਰੀਆਂ ਨੇ ਸੇਬਿਆਂ ਦੀਆਂ ਉਹਨਾਂ ਦੇ ਨਾਲ ਵਜਾਇਆ ਜਾ ਰਿਹਾ। ਲਗਾਤਾਰ